ਬਿਲਕੁਲ ਤਹਿਜ਼ੀਬ ਨਹੀਂ ਹੈ, ਮੈਨੂੰ ਬਹੁਤ ਦੁੱਖ ਹੈ ਕਿ ਸਾਡੇ ਮਤਲਬ ਪੰਜਾਬ ਹੀ ਹੁੰਦਾ ਸੀ ਕਿਸੇ ਵੇਲੇ ਇਕੱਠਾ। ਤੂੰ ਫਿਲਮਾਂ 'ਚ ਗਈ ਆ, ਤੂੰ ਸ਼ੋਹਰਤ ਪ੍ਰਾਪਤ ਕੀਤੀ ਆ, ਹੁਣ ਤੂੰ ਮੈਂਬਰ ਆਫ ਪਾਰਲੀਮੈਂਟ ਹੈ, ਇੱਕ ਵਾਰ ਮੈਂਬਰ ਆਫ ਪਾਰਲੀਮੈਂਟ ਦਾ ਇੱਕ ਲੈਵਲ ਹੁੰਦਾ। ਮੈਂ ਆਪ ਜੀ ਅੱਜ ਦੇ ਜਿਹੜੇ ਬਿਆਨ ਆ ਉਹਦੇ ਉਹ ਨਿੰਦਣ ਯੋਗ ਆ ਕਿ ਮੈਂ ਉਹਨਾਂ ਦਾ ਜ਼ਿਕਰ ਵੀ ਨਹੀਂ ਕਰਨਾ ਚਾਹੁੰਦਾ। ਉਹਨੂੰ ਮੈਂ ਕੁੜੀ ਨੂੰ ਸਮਝਾਉਂਦਾ ਵੀ ਤੂੰ ਮੇਰੀ ਧੀ ਵਰਗੀ ਆ, ਬਟ ਇਹੋ ਜਿਹੀ ਭਾਸ਼ਾ ਨਾ ਬੋਲਿਆ ਕਰ, ਸੋਚ ਕੇ ਕੰਮ ਕਰ, ਤੂੰ ਨਾ ਕਾਹਲੀ ਨਾ ਚੱਲ ਵੀ ਮੈਨੂੰ ਪਤਾ ਨਹੀਂ ਤੂੰ ਮੰਤਰੀ ਬਣਾ ਦੇਣਗੇ ਕੁਛ ਕਰ ਦੇਣਗੇ। ਤੂੰ ਆਪਣੇ ਫੀਲਡ ਦੇ ਵਿੱਚ ਕੰਮ ਕਰਦੀ ਆ, ਉਹ ਕੰਮ ਤੂੰ ਵਧੀਆ ਕਰ ਲੈਂਦੀ ਸੀ, ਉਹ ਕੰਮ ਕਰ, ਆਪਣੀ ਬੋਲਬਾਣੀ ਠੀਕ ਕਰ। ਪਹਿਲਾਂ ਉਹਨੇ ਕਿਸਾਨ ਅੰਦੋਲਨ ਵੇਲੇ ਵੀ ਮੈਂ ਉੱਥੇ ਸੀਗਾ, ਉਹਨੇ ਇੱਕ ਸਾਡੀ ਬਜ਼ੁਰਗ ਮਾਤਾ ਵਾਸਤੇ ਬਹੁਤ ਭੈੜੇ ਭੱਦੇ ਕਮੈਂਟ ਕੀਤੇ ਸੀ, ਉਹਦੇ ਮਾਂ ਪਿਓ ਨੂੰ ਵੀ ਚਾਹੀਦਾ ਕਿ ਉਹਨੂੰ ਸਮਝਾ ਪੰਜਾਬ। ਮੈਨੂੰ ਪਤਾ ਨਹੀਂ ਇਹਦੇ ਪਿੱਛੇ ਕੌਣ ਹੈ, ਕੀ ਸੋਚ ਹੈ, ਉਹਨਾਂ ਦੀ ਸੋਚ ਹੈ ਜੀ ਜਿਹੜੀ ਕਿ ਵੰਡ ਪਾਓ ਸੋਚ ਹੈ। ਪੰਜਾਬ ਦੇ ਲੋਕ ਸਮਝਦੇ ਆ ਕਿ ਅਸੀਂ ਨਹੀਂ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇ। ਮੈਂ ਧੰਨਵਾਦ ਕਰਦਾ ਜੀ ਉਹਨਾਂ ਦਾ, ਮੇਰੇ ਉਹ ਮੈਂਟਰ ਹੈ ਜੀ, ਮਤਲਬ ਮੈਂ ਹਰ ਗੱਲ ਜਦੋਂ ਮੈਨੂੰ ਸਮੱਸਿਆ ਆਉਂਦੀ ਮੈਂ ਅਜੇ ਵੀ ਉਹਨਾਂ ਨੂੰ ਪੁੱਛਦਾ। ਉਹ ਜੇਲ੍ਹ 'ਚ ਰਿਹਾ ਤਾਂ ਮੈਨੂੰ ਬਹੁਤ ਔਖਾ ਹੋਇਆ ਸਮੇਂ 'ਚ, ਮੈਂ ਬਹੁਤ ਔਖਾ ਹੋ ਕੇ ਕੰਮ ਕੀਤਾ। ਹੀ ਇਜ਼ ਏ ਗਾਈਡ, ਫਰੈਂਡ, ਫਿਲੋਸਫਰ ਐਂਡ ਗਾਈਡ, ਅਤੇ ਉਹਨਾਂ ਨੇ ਬਹੁਤ ਘਾਲਣਾ ਘਾਲੀ ਹੈ ਜੀ ਦੇਸ਼ ਪਿੱਛੇ। ਜਿਹੜਾ ਬੰਦਾ ਇੱਕ ਨਵੇਂ ਐਜੂਕੇਸ਼ਨ ਕ੍ਰਾਂਤੀ ਦਾ, ਸਿਹਤ ਸਿੱਖਿਆ ਕ੍ਰਾਂਤੀ ਦਾ ਬਾਨੀ ਹੋਵੇ ਤਾਂ ਉਹਨੂੰ ਉਹ ਜੇਲ੍ਹਾਂ ਦੇ ਵਿੱਚ, ਔਰ ਜਿਹੜੇ ਸਮਗਲਰ ਹੈ, ਜਿਹੜੇ ਵੱਡੇ ਵੱਡੇ ਕਰਪਟ ਲੀਡਰ ਆ, ਉਹ ਸਾਰੇ ਬੀਜੇਪੀ ਜਾ ਕੇ ਕੋਈ ਮੰਤਰੀ ਬਣਿਆ, ਕੋਈ MLA ਬਣਿਆ, ਕੁਛ ਬਣਿਆ ਹੋਇਆ। ਸੋ ਇਹ ਤਾਂ ਮਤਲਬ ਡਿਵਾਈਨ ਜਸਟਿਸ ਹੋਇਆ। ਅਸੀਂ ਉਮੀਦ ਕਰਦੇ ਹਾਂ ਕਿ ਅਰਵਿੰਦ ਕੇਜਰੀਵਾਲ ਜੀ ਵੀ ਆਉਣਗੇ। ਮੇਰੀ ਸੋਚ ਦੇ ਜਾਣ ਨਾਲ ਸਾਡੀ ਜਿਹੜੀ ਸ਼ਕਤੀ ਆ ਦੁੱਗਣੀ ਹੋਈ ਆ। ਅਰਵਿੰਦ ਕੇਜਰੀਵਾਲ ਆਉਣ ਕੇ 6 ਗੁਣਾ ਹੋ ਜਾਏਗੀ, 10 ਗੁਣਾ ਹੋ ਜਾਏਗੀ। ਮੇਰਾ ਮੁੱਢਲਾ ਫਰਜ਼ ਹੈ ਜੀ, ਅਸੀਂ ਲੋਕਾਂ ਦਾ ਵਾਅਦਾ ਕੀਤਾ ਸੀਗਾ ਵੀ ਜਿੱਦਾਂ ਵੋਟਾਂ ਮੰਗਣਾ ਹੈ ਇੱਦਾਂ ਹੀ ਕੰਮ ਕਰਨਾ। ਸਾਡੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ, ਸਾਡੀ ਵੀ ਸੋਚ ਹੈ ਜੀ ਇਹ, ਅਤੇ ਅਸੀਂ ਇਸ ਗੱਲ ਨਾਲ ਸਹਿਮਤ ਹਾਂ। ਮੁੱਖ ਮੰਤਰੀ ਸਾਹਿਬ ਦੀ ਬਹੁਤ ਅੱਛੀ ਸੋਚ ਹੈ ਅਤੇ ਆਪ ਦੀ ਸਰਕਾਰ, ਆਪ ਦੇ ਦੁਆਰ ਅਸੀਂ ਇਹਨਾਂ ਦੇ ਦਰਵਾਜ਼ੇ 'ਤੇ ਜਿੱਦਾਂ ਵੋਟਾਂ ਮੰਗਣਾ ਅੱਗੇ ਅੱਗੇ ਹੋਣਾ ਆ। ਬਹੁਤ ਸਾਰੀਆਂ ਮੁਸ਼ਕਲਾਂ ਲੋਕਾਂ ਦੀਆਂ, ਜਿਵੇਂ ਤੁਸੀਂ ਮਤਲਬ ਮਿਸਾਲ ਦੇ ਤੌਰ 'ਤੇ ਕੋਈ ਬੰਦਾ ਕਹਿੰਦਾ ਜੀ ਮੈਨੂੰ ਨਰੇਗਾ ਦਾ ਵਰਕਰ 4 ਸਾਲ ਹੋ ਗਏ ਮੈਨੂੰ ਮਿਲਿਆ ਹੀ ਨਹੀਂ, ਕੋਈ ਕਹਿੰਦਾ ਮੈਨੂੰ ਪੈਸੇ ਨਹੀਂ ਮਿਲੇ, ਕੋਈ ਕਹਿੰਦਾ 100 ਦਿਨ ਕੰਮ ਨਹੀਂ ਮਿਲਿਆ। ਆਹ ਤੁਹਾਡੇ ਸਾਹਮਣੇ ਪਾਰਕ ਬਣਿਆ ਹੋਇਆ ਜੀ, ਸਫਾਈ ਹੋਣ ਵਾਲੀ ਆ, ਸੜਕ ਦੀ ਸਫਾਈ ਹੋਣੀ ਆ, ਟੋਭੇ ਦਾ ਕੰਮ ਹੈ। ਸੋ ਮੈਂ ਲੱਭ ਰਿਹਾ ਵੀ ਕਿਹੜੇ ਕਿਹੜੇ ਕੰਮ ਹੈ, ਗ੍ਰਾਂਟ ਦੇ ਕੇ ਮੈਂ ਉਹ ਵਾਲੀਆਂ ਗ੍ਰਾਂਟਾਂ ਪਹਿਲਾਂ ਦੇ ਰਿਹਾ ਜਿਹਦੇ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇ। ਨਹੀਂ ਉਹ ਤੁਹਾਡੇ ਸਾਹਮਣੇ ਆ ਰਹੀਆਂ ਸਾਰੀਆਂ ਗੱਲਾਂ ਨਾ ਜੀ, ਇਹ ਜ਼ਮੀਨ 'ਤੇ ਜਾਓਗੇ ਤਾਂ ਹੀ ਆਣਗੀਆਂ, ਚੰਡੀਗੜ੍ਹ ਬਹਿ ਕੇ ਨਹੀਂ ਪਤਾ ਲੱਗਦੀਆਂ, ਘਰੇ ਬਹਿ ਕੇ ਏਸੀ ਕਮਰਿਆਂ 'ਚ ਬਹਿ ਕੇ ਨਹੀਂ ਪਤਾ ਲੱਗਦੀ, ਅਤੇ ਇੱਥੇ ਆ ਕੇ ਪਸੀਨਾ ਕੱਢ ਕੇ ਜਿਹੜੀ ਹੁੰਦੀ ਆ ਬੰਦੇ ਨੂੰ ਅਕਲ ਬਦਾਮ ਖਾ ਕੇ ਨਹੀਂ ਆਉਂਦੀ, ਧੱਕੇ ਖਾ ਕੇ ਆਉਂਦੀ ਹੈ ਜੀ। ਮੈਂ ਤਾਂ ਸ਼ੁਰੂ ਤੋਂ ਕਰ ਰਿਹਾ, ਮੈਂ ਤਾਂ ਜੰਮੇ ਕਿਸਾਨ ਪਰਿਵਾਰ ਸੀਗਾ, ਪੂਰੀ ਤਰ੍ਹਾਂ 'ਚ ਪੜਿਆ। ਸੋ ਮੈਨੂੰ ਤਾਂ ਆਦਤ ਹੈ, ਅਫਸਰਾਂ ਨੂੰ ਵੀ ਆਦਤ ਪੈ ਜਾਏਗੀ ਜੀ, ਅਫਸਰਾਂ ਵਿੱਚ ਫਰਕ ਪੈ ਰਿਹਾ ਬਹੁਤ ਜ਼ਿਆਦਾ, ਤੁਸੀਂ ਵੀ ਦੱਸਿਓ ਮੈਨੂੰ। ਅਤੇ ਇਹ ਬੜੀਆਂ ਕੰਪਲੈਕਸ ਸਮੱਸਿਆ ਹੈਗੀਆਂ ਜੀ, ਜਿਹੜੀਆਂ ਪਿੰਡ ਦੀਆਂ ਛੋਟੀਆਂ ਛੋਟੀਆਂ ਗਲੀਆਂ ਨਾਲੀਆਂ ਦੀ ਸਮੱਸਿਆ, ਇਹ ਮੈਂ ਮਿੱਥ ਲਿਆ ਵੀ ਇੱਕ ਸਾਲ ਦੇ ਵਿੱਚ ਅਗਲੇ ਸਾਲ ਖਤਮ ਕਰ ਦੇਣੀਆਂ ਸਾਰੀਆਂ। ਕੋਈ ਪਿੰਡ ਤੋਂ ਇਹ ਨਾ ਕਹੇ ਸਾਡੀਆਂ ਗਲੀਆਂ ਨਾਲੀਆਂ ਦੀ ਸਮੱਸਿਆ। ਬਾਰਿਸ਼ ਦੇ ਪਾਣੀ ਦਾ ਇਨੋਵੇਟਿਵ ਆਊਟ ਆਫ ਬਾਕਸ ਸਲਿਊਸ਼ਨ, ਪੁਰਾਣੇ ਖੂਹਾਂ ਨੂੰ ਉਲਟੇ ਖੂਹ ਬਣਾ ਰਿਹਾ, ਪਾਣੀ ਜਿਹਨਾਂ ਤੋਂ ਪਾਣੀ ਕੱਢਿਆ ਖੂਹਾਂ 'ਚ ਉਹਨਾਂ 'ਚ ਵਾਪਸ ਪਾਊਗਾ ਜੀ। ਇਹ ਨਵੀਂ ਆਪਾਂ ਇੱਕ ਸੋਚ ਲੈ ਕੇ ਚੱਲੇ ਹਾਂ, ਤੁਹਾਡੇ ਪਿੰਡ 'ਚ ਮੈਨੂੰ ਖੂਹ ਮਿਲ ਗਏ 5-6, ਕਿਸੇ ਪਿੰਡ 'ਚ ਨਹੀਂ ਮਿਲੇ ਜੀ, ਸਭ ਨੇ ਭਰਤੇ ਹੋਏ।